ਦੀ ਸਾਰਿਆਂ ਨੂੰ ਮੈਂ ਅਨੂ 8ਵੀਂ ਕਲਾਸ ਦੀ ਵਿਦਿਆਰਥੀ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਰੂਬਰੂ ਕਰਵਾਉਣ ਜਾ ਰਹੀ ਹਾਂ ਜੋ ਕਿ ਚਾਰ ਸਾਹਿਬਜ਼ਾਦਿਆਂ ਜੀ ਉੱਤੇ ਹੈ। ਧੰਨ ਆਨੰਦਪੁਰ ਧੰਨ ਹੋਇਆ ਦਸ਼ਮ ਪਿਤਾ ਦੇ ਘਰ ਫਰ ਜਾਂਦੇ ਆਇਆ ਚਿਹਰੇ ਉੱਤੇ ਜਲਾਲ ਸੀ ਕੋਈ ਨੂਰੀ ਮਨੋ ਧਰਤੀ ਤੇ ਚੱਲ ਕੇ ਚਾਂਦੇ ਆਇਆ ਚਿਹਰੇ ਤੱਕਿਆ ਉਹ ਤੱਕਦਾ ਰਹਿ ਗਿਆ ਸੀ ਅੰਦਰੋਂ ਕੋਈ ਆਨੰਦ ਆਇਆ ਛੋਟਾ ਲਾਡਲਾ ਫੁੱਲ ਦਸ਼ਮੇਸ਼ ਜੀ ਦਾ ਸੰਚਾਰ ਸੁਗਾਂਦੇ ਆਇਆ ਅਮਨਪੁਰੀ ਆਨੰਦ ਤੋਂ ਵਿਦਾ ਲੈ ਕੇ ਨੀਲੇ ਦਾ ਸਾਹਾ ਸਵਾਰ ਆਇਆ ਤੋਂ ਮਾਰ ਦੀ ਸਰਸਾ ਦੀ ਨਦੀ ਕੰਢੇ ਕਲਗੀ ਵਾਲੇ ਦਾ ਬਿਖਰ ਪਰਿਵਾਰ ਗਿਆ ਸਿੰਘ ਤੇ ਜੋਰਾਵਰ ਨਾਲ ਦਾਦੀ ਦਸਮ ਪਿਤਾ ਨਾਲ ਅਜੀਤ ਜੁਝਾਰ ਗਿਆ ਇਹੋ ਜਿਹੀ ਅਣਹੋਣੀ ਕੋਈ ਵਾਪਰੀ ਸੀ ਕੋਈ ਯਾਰ ਗਿਆ ਤੇ ਕੋਈ ਪਾਰ ਗਿਆ ਬੁਰਜ ਅੰਦਰ ਠੰਡੀ ਥਾਂ ਉੱਤੇ ਠੰਡੀ ਠਾਰ ਗੁਜ਼ਾਰੀ ਹਰ ਰਾਤ ਗੁਜ਼ਰੀ ਸਮਾਂ ਬੜਾ ਭਿਆਨਕ ਹੈ ਆਉਣ ਵਾਲਾ ਸਾਵੇਂ ਤੱਕੇ ਸੰਸਾਰੇ ਹਾਲਾਤ ਗੁਜ਼ਰੀ ਪੁੱਤ ਦੇ ਜਿਗਰ ਦੇ ਟੁਕੜਿਆਂ ਨੂੰ ਸਮੇਂ ਸਮੇਂ ਸਮਝਾਈ ਹਰ ਬਾਤ ਗੁਜ਼ਰੀ ਲਡਾਉਂਦੀ ਪੋਤਿਆਂ ਨੂੰ ਤੁਮਾਂ ਦੀ ਮਮਤਾ ਦੀ ਮੂਰਤ ਸੀ ਮਾਤ ਗੁਜ਼ਰੀ ਭੋਲੇ ਪਾਲੇ ਤੇ ਸਨ ਮਾਸੂਮ ਬਾਲਕ ਸਿੰਘ ਤੇ ਜੋਰਾਵਰ ਦੋਵੇਂ ਤਾਣ ਕੇ ਖੜ ਗਏ ਨੀ ਅੰਦਰ ਸਿਸ ਤਲੀ ਤੇ ਧਰ ਦੋਵੇਂ ਜ਼ੁਲਮ ਤੇ ਧਾਰਮਿਕ ਹੱਠ ਵਾਲੀ ਜਰ ਗਏ ਸਿਪੀੜ ਅਜਰ ਦੋਵੇਂ ਜਰ ਗਏ ਸਿਪੀੜ ਅਜਰ ਦੋਵੇਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ।